ਪੰਜਾਬ ਦੇ ਵਿੱਚ ਜਿਹੜੇ ਖਾਸ ਕਿਸਮ ਦਾ ਮਾਹੌਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੀ ਹੈ। ਦੇਖੋ ਮੈਂ ਇਹ ਕਹਿਣਾ ਕਿ ਇਹ ਸਿਆਸੀ ਤੌਰ ਤੇ ਜਾਂ ਜ਼ਿਮਨੀ ਚੋਣ 'ਚ ਇਹ ਨਾਰਾ ਦਿੱਤਾ ਜਾ ਸਕਦਾ ਹੈ ਜੀ, ਇਹਨਾਂ ਨੇ ਹਾਲੇ ਤੱਕ ਕੋਈ ਗਰੰਟੀ ਪੂਰੀ ਨਹੀਂ ਕੀਤੀ, ਕਿਹਾ ਜਾ ਸਕਦਾ ਕਿਉਂਕਿ ਕੀਤੀ ਕੋਈ ਨਹੀਂ। ਲੇਕਿਨ ਦੂਜੇ ਪਾਸੇ ਇਹ ਗੱਲ ਤਾਂ ਸਾਫ਼ ਹੈ ਕਿ ਇਹਨਾਂ ਨੇ ਕਿਹਾ ਸੀ ਇਹ ਇਮਾਨਦਾਰ ਸਰਕਾਰ ਹੈ। ਇਹ ਵੱਖਰੀ ਗੱਲ ਹੈ ਕਿ ਉਹਨਾਂ ਤੇ ਵੀ ਲੱਗਦੇ ਨੇ ਜੀ, ਰਾਜ ਸਭਾ 'ਚ ਕਿਵੇਂ ਬੰਦੇ ਪਹੁੰਚੇ, ਉਹ ਲੋਕ ਤਾਂ ਜਾਂਚ ਦੀ ਮੰਗ ਕਰਦੇ ਨੇ। ਇਹ ਸਾਰੀਆਂ ਗੱਲਾਂ ਦੇ ਬਾਵਜੂਦ ਇੱਕ ਗੱਲ ਸਹੀ ਨਜ਼ਰ ਆਉਂਦੀ ਹੈ ਕਿ ਆਮ ਆਦਮੀ ਪਾਰਟੀ ਦੀ ਇਹ ਸਰਕਾਰ ਨੇ ਪਿਛਲੇ 3 ਮਹੀਨੇ ਦੇ ਵਿੱਚ ਜਿਹੜੇ ਕਰਪਸ਼ਨ ਦੇ ਮਾਮਲੇ 'ਚ ਕਾਫੀ ਸੁਰਖੀਆਂ ਵੀ ਬਟੋਰੀਆਂ ਨੇ ਤੇ ਲੱਗਦਾ ਕਿ ਬੰਦਿਆਂ ਨੂੰ ਫੜਿਆ ਵੀ ਹੈ ਤੇ ਕੰਮ ਵੀ ਕੀਤਾ। ਬਾਕੀ ਜਿਹੜੇ ਅਫਸਰ ਨੇ, ਮੰਤਰੀ ਨੇ, ਸੰਤਰੀ ਨੇ, ਕਲਰਕ ਨੇ, ਪਟਵਾਰੀ ਨੇ, ਪੁਲਿਸ ਵਾਲੇ ਨੇ, ਸਭ ਨਵੇਂ ਬੈਠੇ ਨੇ ਜਿਹੜੇ ਪਹਿਲਾਂ ਪੈਸੇ ਲੈਂਦੇ ਹੁੰਦੇ ਸੀ, ਪੈਸੇ ਲਏ ਬਿਨਾਂ ਕੰਮ ਨਹੀਂ ਕਰਦੇ ਸੀ। ਦੇਖੋ 16 ਮਾਰਚ ਨੂੰ ਜਿਹੜਾ ਹੈ ਭਗਵੰਤ ਮਾਨ ਸਹੁੰ ਚੁੱਕਦੇ ਨੇ ਤੇ ਉਦੋਂ ਬਾਅਦ 24 ਮਾਰਚ ਨੂੰ ਇਹ ਐਲਾਨ ਕਰ ਦਿੰਦੇ ਨੇ ਜੀ ਆਹ ਸਾਡਾ ਐਂਟੀ ਕਰਪਸ਼ਨ ਵਟਸਐਪ ਨੰਬਰ ਹੈ, ਆਡੀਓ ਤੇ ਵੀਡੀਓ ਭੇਜੋ। ਤੇ ਅਕਸਰ ਲੋਕ ਕਹਿੰਦੇ ਨੇ ਜੀ ਇੰਨੇ ਲੱਖ ਆ ਗਏ ਜੀ, ਕੁਛ ਨੀ, ਪਰ ਕੰਮ ਵੀ ਹੋਇਆ। 28 ਮਾਮਲੇ ਦਰਜ ਹੋਏ ਨੇ, 45 ਗ੍ਰਿਫਤਾਰੀਆਂ ਹੋਈਆਂ ਨੇ। ਮੈਂ ਦੇਖ ਰਿਹਾ ਸੀ ਕਾਫੀ ਵੱਡੇ ਪੱਧਰ ਤੇ ਜਿਹੜੇ ਲੋਕ ਨੇ ਫੜੇ ਗਏ ਨੇ, ਪੁਲਿਸ ਵਾਲੇ ਤਾਂ 14 ਤਾਂ ਪੁਲਿਸ ਵਾਲੇ ਫੜੇ ਗਏ ਨੇ, ਸਬ ਇੰਸਪੈਕਟਰ ਵੀ ਫੜਿਆ ਗਿਆ, ਕੋਈ ਐਸੀ ਉਹ ਗੱਲ ਨਹੀਂ ਹੈ। ਔਰ ਪਟਵਾਰੀ ਫੜੇ ਗਏ ਨੇ, ਹੌਲਦਾਰ 3 ਫੜੇ ਗਏ ਨੇ, ਸਿਪਾਹੀ, ਹੋਮ ਗਾਰਡ, ਨੰਬਰਦਾਰ, ਪ੍ਰਿੰਸੀਪਲ, ਮੈਡੀਕਲ ਅਫਸਰ, ਐਂਟਰੀ ਆਪਰੇਟਰ, ਕੋਈ ਤਾਂ ਛੱਡਿਆ ਹੋਵੇ ਜਿਹੜਾ ਜਿਹੜਾ ਭ੍ਰਿਸ਼ਟਾਚਾਰੀ ਨਹੀਂ ਫੜਿਆ ਹੋਵੇ। ਇਹਦਾ ਮਤਲਬ ਕੰਮ ਤਾਂ ਇਸ ਪੱਖੋਂ ਤਾਂ ਐਪਰੀਸ਼ੀਏਟ ਕਰਨਾ ਬਣਦਾ ਹੈ ਕਿ ਕੰਮ ਹੋਏ ਨੇ। ਐਂਟੀ ਕਰਪਸ਼ਨ ਜਿਹੜੀ ਹੈਲਪਲਾਈਨ ਹੈ, ਜਿਹੜਾ ਵੀ ਉੱਥੇ ਚਲਿਆ ਗਿਆ, ਦੇਖੋ ਤੁਹਾਡੇ ਯਾਦ ਹੋਊ ਪਹਿਲਾ ਕੇਸ ਜਿਹੜਾ 16 ਮਾਰਚ ਨੂੰ ਸਹੁੰ ਚੁੱਕਣ ਤੋਂ ਬਾਅਦ ਇਹਨਾਂ ਨੇ ਕੀਤਾ ਸੀ, ਉਹ ਸੀ 24 ਮਾਰਚ ਨੂੰ ਜਲੰਧਰ ਦੇ ਤਹਿਸੀਲ ਦੇ ਵਿੱਚ ਇੱਕ ਬੀਬੀ ਕਲਰਕ ਨੇ 4 ਲੱਖ ਰੁਪਇਆ ਲਿਆ ਸੀ ਕਿ ਮੈਂ ਨੌਕਰੀ ਲਵਾ ਦੂੰ। ਉੱਥੋਂ ਸਿਲਸਿਲਾ ਸ਼ੁਰੂ ਹੋਇਆ ਤੇ ਫਿਰ ਜੀ ਜਦੋਂ ਸਾਧੂ ਸਿੰਘ ਧਰਮਸੋਤ ਫੜਿਆ ਗਿਆ, ਫਿਰ ਜਿਹੜਾ ਸੰਘ ਸਿੰਘ ਗਿਲਜੀਆ ਫਰਾਰ ਹੋ ਗਿਆ, ਫਿਰ ਇਹ ਜਿਹੜੇ ਆ ਕਈ ਹੋਰ ਮੰਤਰੀਆਂ ਦੇ ਨਾਮ ਆਏ ਉਹਨਾਂ 'ਚ ਵੀ, ਉਹਨਾਂ ਤੇ ਵੀ ਸ਼ਿਕੰਜਾ ਕਸਿਆ ਜਾ ਰਿਹਾ ਹੈ। ਕੱਲ ਓਪੀ ਸੋਨੀ ਦਾ ਆਪਾਂ ਸੈਨੀਟੇਜਰ ਵਾਲਾ ਦੇਖਿਆ, ਤ੍ਰਿਪਤ ਰਜਿੰਦਰ ਬਾਜਵਾ ਦੀ ਭਗਤਪੁਰੇ ਦੀ ਜਿਹੜੀ ਜ਼ਮੀਨ ਤੇ ਦੇਖਿਆ ਵੀ ਨਜਾਇਜ਼ ਤੌਰ ਤੇ ਰਜਿਸਟਰੀ ਕਰਾਈ ਗਈ। ਇਹ ਸਾਰੀਆਂ ਗੱਲਾਂ 'ਚ ਅਕਸਰ ਇਹ ਕਹਿੰਦੇ ਸੀ ਜੀ ਅਫਸਰ ਨਹੀਂ ਫੜੇ ਜਾਂਦੇ। ਕੱਲ ਜਿਹੜਾ ਹੈ ਸੰਜੇ ਪੋਪਲੀ ਅਫਸਰ ਫੜਿਆ ਗਿਆ, ਹੁਣ ਸੰਜੇ ਪੋਪਲੀ ਜਿਹੜਾ ਫੜਿਆ ਜਾਂਦਾ ਉਹਨੂੰ 4 ਦਿਨ ਦਾ ਹੁਣ ਪੁਲਿਸ ਰਿਮਾਂਡ ਮਿਲਿਆ। ਔਰ ਤੁਸੀਂ ਕਮਾਲ ਹੈ ਕਿ ਸੰਜੇ ਪੋਪਲੀ ਨੇ ਹਾਲੇ ਜਿਹੜਾ ਸਾਹਮਣੇ ਆਇਆ ਤਾਂ ਇੱਕ ਠੇਕੇਦਾਰ ਤੋਂ ਸੀ। ਇਹ ਜਿਹੜਾ ਪੋਪਲੀ ਬਾਰੇ ਦੱਸਦਾ ਤੁਹਾਨੂੰ, ਇਹ ਜਿਹੜਾ ਸੰਜੇ ਪੋਪਲੀ ਹੈ ਨਾ, ਇਹ IAS ਅਫਸਰ ਬਾਅਦ 'ਚ ਬਣੇ, 8 'ਚ ਬਣਿਆ। ਵੈਸੇ ਇਹ 93 'ਚ ਜਿਹੜਾ ਹੈ PCS ਆਇਆ ਸੀ, ਪੰਜਾਬ ਸਿਵਲ ਸਰਵਿਸ ਦਾ ਬੰਦਾ ਹੈ। ਪਤਾ ਇਹ ਲੱਗਿਆ ਕਿ ਜੀ ਇਹ ਅੰਗਰੇਜ਼ੀ ਅੰਗਰੂਜ਼ੀ ਠੀਕ ਹੈ, ਲਿਟਰੇਚਰ 'ਚ ਵੀ ਥੋੜ੍ਹਾ ਰੱਖਦਾ ਹੈ ਬਸ, ਤੇ ਇਹਨੇ ਲੜ ਕੇ IAS ਬਣਿਆ। ਜਾਣੀ ਇਹਨੇ ਆਪਣੇ ਆਪ ਨੂੰ ਜਿਹੜਾ ਹੈ ਲੀਗਲੀ ਬੈਟਲ ਤੋਂ ਬਾਅਦ 8 'ਚ ਪ੍ਰਮੋਟ ਹੋਇਆ, ਲੇਕਿਨ ਸਰਕਾਰ ਨੇ ਇਹਨੂੰ ਕਿਤੇ DC ਨਹੀਂ ਲਾਇਆ। ਬਹੁਤ ਸਾਰੇ ਜਿਹੜੇ ਆਪਾਂ ਦੇਖੇ ਨੇ DC ਵੀ ਲੱਗੇ ਨੇ ਜਿਹੜੇ ਪ੍ਰਮੋਟਿਵ ਹੁੰਦੇ ਨੇ, ਇਹ SDM ਰਿਹਾ ਕਈ ਥਾਵਾਂ ਤੇ। ਆ ਇੱਕ ਜਲਾਲਾਬਾਦ ਦਾ ਜਦੋਂ SDM ਸੀ ਉਦੋਂ ਪੁਲਿਸ ਨਾਲ ਝਗੜ ਪਿਆ, ਉੱਥੋਂ ਬਦਲਿਆ। ਮੈਨੂੰ ਇੱਕ ਦੋ ਬੰਦਿਆਂ ਨੇ ਕੱਲ੍ਹ ਫੋਨ ਕਰਕੇ ਦੱਸਿਆ ਵੀ ਕਿ ਇਹਦੀ ਕੀ ਕਾਰਵਾਈ ਰਹੀ ਜਦੋਂ SDM ਸੀ। ਖੈਰ ਇਹ ਇਹ ਬੰਦਾ ਇੱਕ ਪਾਸੇ ਤਾਂ ਇਹਦਾ ਕੱਲ੍ਹ ਜਦੋਂ ਪੇਸ਼ ਕੀਤਾ 4 ਦਿਨ ਦਾ ਰਿਮਾਂਡ ਮਿਲ ਗਿਆ, ਦੂਜੇ ਪਾਸੇ ਇੱਕ ਕੇਸ ਹੋਰ ਹੋ ਗਿਆ। ਜਦੋਂ ਤਲਾਸ਼ੀ ਲਈ ਇਹਦੇ 'ਚੋਂ ਕੋਈ ਕਿਸਮ ਦੇ ਕਾਰਤੂਸ ਨਿਕਲ ਕੇ, ਕੋਈ 32 ਬੋਰ ਦੇ ਹੈ, ਕੋਈ 22 ਬੋਰ ਦੇ, ਕਈ ਕਿਸਮ ਦੇ ਕਾਰਤੂਸ ਨਿਕਲੇ, ਇਹਦੇ ਕੋਲ ਕੋਈ ਪ੍ਰੂਫ ਨਹੀਂ ਵੀ ਰੱਖੇ ਕਿਉਂ ਨੇ, ਹਥਿਆਰ ਫਿਰ ਕਿੱਥੇ ਨੇ ਜੀ, ਜੇ ਕੰਮ ਨਹੀਂ ਤਾਂ ਵੀ ਰੱਖੇ ਕਿਉਂ ਨੇ। ਤਾਂ ਹੁਣ ਇੱਕ ਕੇਸ ਹੋਰ ਆਰਮ ਐਕਟ ਦੇ ਅਧੀਨ ਜਿਹੜਾ ਹੈ ਉਹ ਹੋ ਗਿਆ। ਵੈਸੇ ਬੰਦੇ ਤੋਂ ਜਿਵੇਂ ਨੇ ਇੱਕ ਸੀਵਰੇਜ ਤੇ ਵਾਟਰ ਸਪਲਾਈ ਦੇ CEO ਦੇ ਤੌਰ ਤੇ ਕਮਿਸ਼ਨ ਮੰਗਿਆ ਸੀ। ਇੱਕ ਠੇਕੇਦਾਰ ਨੇ ਸ਼ਿਕਾਇਤ ਕੀਤੀ ਸੀ ਨਾ, ਸੰਜੇ ਕੁਮਾਰ ਨੇ, ਕਰਨਾਲ ਦਾ ਠੇਕੇਦਾਰ ਆ, ਉਹਦੇ ਤੇ ਫੜਿਆ ਗਿਆ। ਉਹਨੇ ਇਹਦੀ ਵੀਡੀਓ ਬਣਾਈ ਸੀ, ਕੱਲ ਸਾਰੀ ਗੱਲ ਤੁਹਾਨੂੰ ਦੱਸੀ ਸੀ। ਦੇਖਣ ਨੂੰ ਕਹਿੰਦੇ 35 ਠੇਕੇਦਾਰ ਹੋਰ ਨੇ, ਉਹਨਾਂ ਨਾਲ ਵੀ ਪੁੱਛਗਿੱਛ ਕਰਨੀ ਹੈ। 4 ਦਿਨ ਦਾ ਰਿਮਾਂਡ ਫਿਲਹਾਲ ਲਿਆ, ਮੈਨੂੰ ਲੱਗਦਾ ਕਿ ਇਹ ਰਿਮਾਂਡ ਅੱਗੇ ਵਧੂ। ਪਰ ਮੈਂ ਤਾਂ ਗੱਲ ਪੋਪਲੀ ਦੇ ਹਵਾਲੇ ਨਾਲ ਇਹ ਦੱਸ ਰਿਹਾ
ਮਾਨ ਸਰਕਾਰ ਇਸ ਪਾਸੇ ਲੱਗੀ ਹੋਈ ਹੈ, ਕੋਈ ਦੋਰਾਵਾ ਨਹੀਂ। ਹੁਣ ਤਾਂ ਜਿਹੜਾ ਮਸਲਾ ਬਹੁਤ ਵੱਡਾ ਤੇ ਲੋਕਾਂ ਦੀ ਦਿਲਚਸਪੀ ਦਾ ਕਾਰਨ ਹੈ ਕਿ ਜਿਹੜਾ ਇੱਡਾ ਵੱਡਾ ਸਿੰਜਾਈ ਘਟਾਲਾ ਹੋਇਆ ਸੀ, ਇਰੀਗੇਸ਼ਨ ਸਕੈਮ ਜਿਹਨੂੰ ਕਹਿੰਦੇ ਆ ਨਰਿੰਦਰ ਭਾਪੇ ਵਾਲਾ, 1000 ਕਰੋੜ ਤੋਂ ਵੱਧ ਵਾਲਾ, ਉਹਦੇ ਤੇ ਵੀ ਸਰਕਾਰ ਜਿਹੜੀ ਹੈ ਹੁਣ ਬਿਜ਼ਨਸ ਨੇ ਕਹਿੰਦੇ ਪਤਾ ਲੱਗਿਆ ਕਿ ਕਾਰਵਾਈ ਦੀ ਮੰਗ ਕਰ ਲਈ ਹੈ। ਇਹ ਜੇ ਆਉਂਦਾ ਇਹਦੇ ਚ ਵੀ ਬੜੇ ਸੀਨੀਅਰ ਬੰਦੇ ਫਸਣਗੇ IAS, ਇਹਨਾਂ ਦੇ ਵਿੱਚ IAS ਜਿਹੜੇ ਨੇ ਨਾ, ਸਰਵੇਸ਼ ਕੌਸ਼ਲ ਦਾ ਨਾਮ, KBS ਸਿੱਧੂ ਦਾ ਨਾਮ, ਕਾਹਨ ਸਿੰਘ ਪੰਨੂ ਦਾ, ਇਹੋ ਜਿਹੇ ਬੰਦਿਆਂ ਦੇ ਨਾਂ ਆਉਂਦੇ ਨੇ